ਪ੍ਰੋਫੈਟਸ ਬਲਬੀਰ ਕੌਰ ਜੀ ਨੂੰ ਪਰਮੇਸ਼ੁਰ ਨੇ ਅਦਭੁਤ ਤਰੀਕੇ ਦੇ ਨਾਲ ਆਪਣੀ ਸੇਵਾ ਦੀ ਬੁਲਾਹਟ ਦਿੱਤੀ। ਉਹਨਾਂ ਨੇ ਆਪਣਾ ਜੀਵਨ, ਆਪਣਾ ਕੈਰੀਅਰ, ਆਪਣੀ ਪੜ੍ਹਾਈ ਲਿਖਾਈ ਸਭ ਕੁਝ ਛੱਡ ਕੇ ਪ੍ਰਭੂ ਦੀ ਸੇਵਾ ਨੂੰ ਸ਼ੁਰੂ ਕੀਤਾ। ਇਹ ਸੇਵਕਾਈ ਪੰਜਾਬ ਦੀ ਧਰਤੀ 'ਤੇ ਪ੍ਰਭੂ ਯੇਸ਼ੂ ਦੀ ਦਇਆ ਦੀ ਅਦਭੁਤ ਮਿਸਾਲ ਹੈ। ਪ੍ਰਭੂ ਆਪਣੀ ਦਾਸੀ ਨੂੰ ਚੰਗਿਆਈ ਅਤੇ ਭਵਿੱਖਬਾਣੀ ਦੇ ਦੁਆਰਾ ਇਸਤੇਮਾਲ ਕਰ ਰਹੇ ਹਨ। ਹਾਲੇਲੂਇਆ। ਪ੍ਰਭੂ ਯਸੂ ਮਸੀਹ ਦੇ ਸਾਮਰਥੀ ਔਰ ਪਵਿੱਤਰ ਨਾਮ ਦੇ ਵਿੱਚ ਮੈਂ ਪ੍ਰੋਫੈਟਸ ਬਲਬੀਰ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਪਰਮੇਸ਼ੁਰ ਦੀ ਪਵਿੱਤਰ ਪ੍ਰੈਜੈਂਸ ਵਿੱਚ। ਅਤੇ ਅੱਜ ਯਕੀਨਨ ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਅੱਜ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ, ਔਰ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ੁਰ ਤੁਹਾਨੂੰ ਬਹੁਤ ਤਾਤ ਦੇ ਨਾਲ ਬਲੈਸ ਕਰੇਗਾ। ਅੱਜ ਮੇਰੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਇਸ ਸੰਸਾਰ ਦੇ ਵਿੱਚ ਜਿਹੜੇ ਵਚਨ ਨੂੰ ਸੁਣਦੇ ਨੇ ਪਰੰਤੂ ਉਹ ਵਚਨ ਦੀ ਗਹਿਰਾਈ ਨੂੰ ਸਮਝ ਨਹੀਂ ਪਾਉਂਦੇ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਨ੍ਹਾਂ ਨੇ ਵਚਨ ਸੁਣਿਆ ਪਰੰਤੂ ਉਹ ਬਲੈਸ ਨਹੀਂ ਹੋਏ। ਉਹਨਾਂ ਨੇ ਵਚਨ ਸੁਣਿਆ ਪਰੰਤੂ ਵਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੜ੍ਹ ਨਹੀਂ ਫੜ ਸਕਿਆ। ਉਹਨਾਂ ਨੇ ਵਚਨ ਸੁਣਿਆ ਪਰੰਤੂ ਉਹ ਵਚਨ ਨੂੰ ਆਪਣੇ ਅੰਦਰੋਂ ਪੂਰੀ ਤਰ੍ਹਾਂ ਗਹਿਰਾਈ ਦੇ ਨਾਲ ਸਵੀਕਾਰ ਨਹੀਂ ਕਰ ਸਕੇ। ਇਹੋ ਜਿਹੇ ਜਿਹੜੇ ਲੋਕ ਨੇ ਉਹ ਬਲੈਸ ਨਹੀਂ ਹੁੰਦੇ, ਅਤੇ ਇਹੋ ਜਿਹੇ ਲੋਕ ਕਦੇ ਬਰਕਤ ਵੀ ਨਹੀਂ ਪਾਉਂਦੇ। ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਫਲਦਾਇਕ ਬਣੋ, ਅਤੇ ਫਲਦਾਇਕ ਬਣਨ ਦੇ ਵਾਸਤੇ ਸਾਨੂੰ ਵਚਨ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਹੈ। ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੱਤੀ 13 ਉਹਦੇ 1 ਉਹਦੇ 9 ਵਚਨ ਦੇ ਵਿੱਚ ਇੱਕ ਬੀਜ ਬੋਣ ਵਾਲੇ ਦਾ ਜ਼ਿਕਰ ਕੀਤਾ ਗਿਆ ਹੈ। ਇਹ ਜਿਹੜਾ ਬੀਜ ਬੋਣ ਵਾਲਾ ਸੀਗਾ, ਇਹਨੇ ਬੀਜ ਬੋਇਆ, ਔਰ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਪਹਿਲਾ ਬੀਜ ਸੀਗਾ ਜਿਹੜਾ ਉਹਨੇ ਜਦੋਂ ਇਹਨੇ ਬੀਜ ਨੂੰ ਜਦੋਂ ਇਹਨੇ ਖਿਲਾਰਿਆ ਅਤੇ ਜਿਹੜਾ ਪਹਿਲਾ ਬੀਜ ਸੀਗਾ ਇਹ ਜਿਹੜਾ ਮਾਰਗ ਦੇ ਕਿਨਾਰੇ ਉੱਤੇ ਡਿੱਗਿਆ ਜਾ ਕੇ, ਮਾਰਗ ਦੇ ਕਿਨਾਰੇ ਉੱਤੇ ਜਦੋਂ ਇਹ ਬੀਜ ਡਿੱਗਿਆ ਤਾਂ ਇਹ ਜਿਹੜਾ ਬੀਜ ਸੀਗਾ ਇਹ ਫਟਾਫਟ ਉੱਗ ਗਿਆ। ਜਦੋਂ ਮਾਰਗ ਦੇ ਕਿਨਾਰੇ ਦੇ ਉੱਤੇ ਇਹ ਬੀਜ ਡਿੱਗਿਆ ਤਾਂ ਜਿਹੜੇ ਚਿੜੀਆਂ ਸੀ, ਕਾਂ ਸੀਗੇ ਜਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੰਛੀ ਸੀਗੇ ਉਹ ਆਏ ਅਤੇ ਉਹਨਾਂ ਨੇ ਆਣ ਕੇ ਇਸ ਬੀਜ ਨੂੰ ਚੁਗ ਲਿਆ। ਅਤੇ ਅੱਜ ਮੈਂ ਤੁਹਾਨੂੰ ਇਸ ਵਚਨ ਦੇ ਦੁਆਰਾ ਦੱਸਣਾ ਚਾਹੁੰਦੀ ਹਾਂ ਕਿ ਸੰਸਾਰ ਦੇ ਵਿੱਚ 4 ਤਰ੍ਹਾਂ ਦੇ ਦਿਲ ਵਾਲੇ ਲੋਕ ਰਹਿੰਦੇ ਨੇ, ਜਿਨ੍ਹਾਂ ਦੇ 4 ਤਰ੍ਹਾਂ ਦੇ ਦਿਲ ਨੇ। ਉਹ ਪ੍ਰਭੂ ਦੇ ਵਚਨ ਨੂੰ ਕਿਸ ਤਰੀਕੇ ਦੇ ਨਾਲ ਸਵੀਕਾਰ ਕਰਦੇ ਨੇ, ਇਹਨਾਂ ਦੇ ਅਲੱਗ ਅਲੱਗ ਦਿਲ ਹੁੰਦੇ ਨੇ ਅਤੇ ਅਲੱਗ ਅਲੱਗ ਤਰੀਕੇ ਨਾਲ ਇਹ ਪਰਮੇਸ਼ੁਰ ਦੇ ਵਚਨ ਨੂੰ ਸੁਣਦੇ ਨੇ ਅਤੇ ਉਸ ਵਚਨ ਨੂੰ ਗਹਿਰਾਈ ਦੇ ਨਾਲ ਸਮਝ ਨਹੀਂ ਪਾਉਂਦੇ। ਜਿਹੜਾ ਪਹਿਲੇ ਤਰ੍ਹਾਂ ਦਾ ਬੀਚ ਹੈ ਇਹ ਮਾਰਗ ਦੇ ਕਿਨਾਰੇ 'ਤੇ ਡਿੱਗਿਆ, ਇਹ ਜਿਹੜਾ ਵਚਨ ਇਹ ਉਹ ਵਚਨ ਸੀਗਾ ਜਿਹੜਾ ਕਿ ਲੋਕਾਂ ਨੇ ਸੁਣਿਆ, ਪਰੰਤੂ ਉਹ ਵਚਨ ਨੂੰ ਸੁਣ ਤਾਂ ਲਿਆ ਉਹਨਾਂ ਨੇ ਪਰੰਤੂ ਸਮਝ ਨਹੀਂ ਸਕੇ ਅਤੇ ਨਾ ਹੀ ਇਹਨਾਂ ਨੇ ਉਸ ਵਚਨ ਨੂੰ ਸਵੀਕਾਰ ਕੀਤਾ। ਮਤੀ 13 ਉਹਦੇ 3 ਉਹਦੇ 4 ਵਚਨ 'ਚ ਲਿਖਿਆ ਕਿ ਜਿਹੜਾ ਬੀਜ ਬੋਣ ਵਾਲਾ ਸੀ ਜਦੋਂ ਉਹਨੇ ਬੀਜ ਟੁੱਟਿਆ ਅਤੇ ਬੀਜ ਕਿਨਾਰੇ 'ਤੇ ਡਿੱਗਿਆ ਅਤੇ ਪੰਛੀ ਆਏ ਅਤੇ ਵਚਨ ਚੁੱਕ ਕੇ ਲੈ ਗਏ। ਮਤਲਬ ਉਹੋ ਜਿਹਾ ਦਿਲ ਰੱਖਣ ਵਾਲੇ ਲੋਕ ਜਿਨ੍ਹਾਂ ਨੇ ਵਚਨ ਨੂੰ ਸੁਣਿਆ ਪਰੰਤੂ ਉਹਨਾਂ ਨੇ ਵਚਨ ਨੂੰ ਸਵੀਕਾਰ ਨਹੀਂ ਕੀਤਾ। ਅੱਜ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਹਾਂ ਮੇਰੇ ਅਜ਼ੀਜ਼ੋਂ, ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਦੇ ਅੰਦਰ ਪਰਮੇਸ਼ੁਰ ਦਾ ਵਚਨ ਜਿਹੜਾ ਉਹ ਕਾਰਜ ਨਹੀਂ ਕਰ ਪਾਉਂਦਾ ਕਿਉਂਕਿ ਵਚਨ ਉਹਨਾਂ ਨੇ ਸੁਣ ਤਾਂ ਲਿਆ। ਕਈ ਵਾਰੀ ਅਸੀਂ ਚਰਚ ਮੀਟਿੰਗ ਵਿੱਚ ਜਾਂਦੇ ਹਾਂ, ਕਲੀਸਿਆਵਾਂ ਦੇ ਵਿੱਚ ਜਾਂਦੇ ਹਾਂ ਅਤੇ ਵਚਨ ਸੁਣਦੇ ਹਾਂ ਅਤੇ ਕਹਿੰਦੇ ਹਾਂ ਕਿ ਵਚਨ ਬੜਾ ਹੀ ਵਧੀਆ ਸੀ, ਬਹੁਤ ਹੀ ਚੰਗਾ ਲੱਗਾ, ਵਚਨ ਬੜਾ ਅੱਛਾ ਸੀਗਾ, ਪਰੰਤੂ ਸਮਝਿਆ ਨਹੀਂ ਉਹਨੂੰ ਅਤੇ ਨਾ ਹੀ ਉਹਨੂੰ ਸਵੀਕਾਰ ਕੀਤਾ। ਅੱਜ ਚੰਗਾ ਲੱਗਾ, ਜਦੋਂ ਦੂਜੀ ਸਵੇਰ ਆਈ ਨਾਲ ਹੀ ਵਚਨ ਭੁੱਲ ਗਿਆ। ਬਹੁਤ ਸਾਰੇ ਚਰਚ ਦੇ ਵਿੱਚ ਲੋਕ ਆਉਂਦੇ ਆ, ਕਲੀਸਿਆਵਾਂ ਦੇ ਵਿੱਚ ਲੋਕ ਜਾਂਦੇ ਆ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ 1-2 ਦਿਨ ਬਾਅਦ ਰਾਤੀ ਤੁਸੀਂ ਵਚਨ ਸੁਣਿਆ ਸੀ, ਕੀ ਸੁਣਿਆ ਸੀ, ਅਤੇ ਲੋਕ ਕਹਿੰਦੇ ਸਾਨੂੰ ਸਮਝ ਹੀ ਨਹੀਂ ਲੱਗੀ। ਤੁਹਾਡੇ ਵਿੱਚੋਂ ਕਿੰਨੇ ਲੋਕ ਇੱਦਾਂ ਦੇ ਜਿਹੜੇ ਵਚਨ ਸੁਣਦੇ ਆ ਅਤੇ ਸਵੇਰ ਨੂੰ ਉਹਨਾਂ ਨੂੰ ਭੁੱਲ ਜਾਂਦਾ? ਇਹੋ ਜਿਹੜੇ ਲੋਕ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਦਿਲ ਪੱਥਰੀਲੇ ਆ, ਇਹ ਪੱਥਰ ਦਿਲ ਵਾਲੇ ਲੋਕ ਆ ਜਿਹੜੇ ਵਚਨ ਨੂੰ ਸੁਣਦੇ ਆ, ਵਚਨ ਕੰਨਾਂ 'ਚ ਪੈਂਦਾ ਆ ਪਰੰਤੂ ਸਮਝਦੇ ਨਹੀਂ ਵਚਨ ਨੂੰ,
ਸਵੀਕਾਰ ਨਹੀਂ ਕਰਦੇ ਵਚਨ ਨੂੰ, ਇਹੋ ਜਿਹੜੇ ਲੋਕ ਆ ਉਹਨਾਂ ਦਾ ਦਿਲ ਪੱਥਰ ਦਾ ਹੈ। ਤਾਂ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਦੂਸਰੇ ਤਰ੍ਹਾਂ ਦਾ ਬੀਜ ਸੀਗਾ ਉਹ ਪੱਥਰੀਲੀ ਭੂਮੀ ਦੇ ਵਿੱਚ ਗਿਰਿਆ ਔਰ ਮਿੱਟੀ ਨਾ ਮਿਲਣ ਦੇ ਕਰਕੇ ਜੜ੍ਹ ਨਹੀਂ ਫੜ ਸਕਿਆ ਅਤੇ ਸੁੱਕ ਗਿਆ। ਮੇਰੇ ਜੋ ਹੈ ਉਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਦਿਲ ਖੋਖਲੇ ਹੁੰਦੇ ਹਨ, ਇਹ ਭਾਵਨਾਤਮਕ ਹੁੰਦੇ ਨੇ, ਇਹ ਵਚਨ ਨੂੰ ਵਚਨ ਦੀ ਗਹਿਰਾਈ ਨੂੰ ਸਮਝ ਨਹੀਂ ਪਾਉਂਦੇ, ਇਹ ਸਿਰਫ ਆਪਣੀ ਫੀਲਿੰਗ ਦੇ ਅਨੁਸਾਰ ਚੱਲਦੇ ਨੇ ਕਿ ਅੱਜ ਇਹਨਾਂ ਨੇ ਵਚਨ ਸੁਣਿਆ, ਇਹਨਾਂ ਨੂੰ ਵਚਨ ਚੰਗਾ ਲੱਗਾ, ਸਵੀਕਾਰ ਕੀਤਾ, ਬਟ ਅੱਗੇ ਚੱਲ ਕੇ ਪਰੇਸ਼ਾਨੀ ਆਈ, ਪ੍ਰੋਬਲਮ ਆਈ, ਦੁੱਖ ਆਇਆ, ਫੀਲਿੰਗ ਦੇ ਅਕੋਰਡਿੰਗ ਚੱਲੇ ਅਤੇ ਇਹ ਜਿਹੜਾ ਵਚਨ ਹੈ ਇਹਨਾਂ ਦੇ ਅੰਦਰ ਗਹਿਰਾਈ ਦੇ ਨਾਲ ਜੜ੍ਹ ਨਹੀਂ ਫੜ ਸਕਿਆ। ਜਾਂ ਕਈ ਵਾਰੀ ਤੁਸੀਂ ਚਿੰਤਾ ਕਰਦੇ ਹੋ ਨਾ, ਸਿੰਪਲ ਸਮਝਾਉਂਦੀ ਤੁਹਾਨੂੰ, ਤੁਸੀਂ ਰੋਜ਼ ਵਚਨ ਪੜ੍ਹਦੇ ਹੋ, ਪਰਮੇਸ਼ਵਰ ਕਹਿੰਦਾ ਚਿੰਤਾ ਨਾ ਕਰੋ, ਚਿੰਤਾ ਚਿਖਾ ਦੇ ਸਮਾਨ ਹੈ, ਪਰਮੇਸ਼ਵਰ ਕਹਿੰਦਾ ਨਾ ਡਰੋ ਮੈਂ ਤੁਹਾਡੇ ਨਾਲ ਹਾਂ। ਵਚਨ ਨੂੰ ਤੁਸੀਂ ਸੁਣਦੇ ਹੋ ਪਰੰਤੂ ਵਚਨ ਅੰਦਰ ਨਹੀਂ ਹੈ, ਕਿਉਂ? ਫੀਲਿੰਗ ਬੈਡ ਹੋ ਰਹੀ ਹੈ, ਅਕੋਰਡਿੰਗ ਟੂ ਫੀਲਿੰਗ ਚੱਲਦੇ ਹੋ, ਅਕੋਰਡਿੰਗ ਟੂ ਤੁਹਾਡੀਆਂ ਭਾਵਨਾਵਾਂ ਜਿੱਦਾਂ ਤੁਹਾਨੂੰ ਗਾਈਡ ਕਰਦੇ ਆ ਤੁਸੀਂ ਉੱਦਾਂ ਚੱਲਦੇ ਹੋ। ਅਤੇ ਤੁਸੀਂ ਉੱਦਾਂ ਚੱਲਦੇ ਹੋ ਤਾਂ ਬਰਕਤ ਕਿੱਦਾਂ ਆਏਗੀ ਤੁਹਾਡੇ ਜੀਵਨ ਦੇ ਵਿੱਚ? ਯਾਦ ਰੱਖੋ, ਅਸੀਂ ਭਾਵਨਾਤਮਕ ਨਹੀਂ ਬਣਨਾ ਹੈ। ਇਹੋ ਜਿਹੇ ਜਿਹੜਾ ਇਹੋ ਜਿਹੇ ਲੋਕ ਨੇ ਇਹ ਖੋਖਲੇ ਦਿਲ ਵਾਲੇ ਨੇ। ਔਰ ਤੁਹਾਨੂੰ ਪਤਾ ਜਿਹੜਾ ਖੋਖਲਾ ਹੁੰਦਾ, ਖੋਖਲੇ ਦਾ ਮਤਲਬ ਕੀ ਹੁੰਦਾ ਕਿ ਬਾਹਰੋਂ ਲੱਗਦਾ ਕੋਈ ਪਰਤ ਹੈ ਪਰ ਅੰਦਰ ਕੁਛ ਵੀ ਨਹੀਂ ਭਰਿਆ ਹੋਇਆ। ਬਾਹਰੋਂ ਲੱਗਦਾ ਕਿ ਹਾਂ ਵੀ ਇਹ ਚੰਗੀ ਪਰਤ ਹੈ, ਚੰਗੀ ਚੀਜ਼ ਹੈ, ਪਰ ਅੰਦਰ ਜਦੋਂ ਦੇਖਦੇ ਹਾਂ ਬਿਲਕੁਲ ਖਾਲੀ ਪਨ। ਕਿ ਇਹ ਲੋਕਾਂ ਨੇ ਵਚਨ ਸੁਣ ਲਿਆ ਕਿ ਵਚਨ ਵਿੱਚ ਪਰਮੇਸ਼ਵਰ ਨੇ ਕਿਹਾ ਆ ਚਿੰਤਾ ਨਾ ਕਰੋ, ਪਰੰਤੂ ਵਚਨ ਅੰਦਰ ਨਹੀਂ, ਅੰਦਰ ਖੋਖਲਾਪਨ ਹੈ। ਮੈਂ ਅਕਸਰ ਲੋਕਾਂ ਨੂੰ ਪੁੱਛਦੀ ਹਾਂ ਚਿੰਤਾ ਕਿਉਂ ਕਰਦੇ ਹੋ, ਕਿ ਵਿਸ਼ਵਾਸ ਨਹੀਂ ਪਰਮੇਸ਼ਵਰ ਦੇ ਉੱਤੇ? ਲੋਕ ਕਹਿੰਦੇ ਵਿਸ਼ਵਾਸ ਤਾਂ ਕਰਦੇ ਹਾਂ ਪਰੰਤੂ ਅਸੀਂ ਕਿੱਦਾਂ ਵਿਸ਼ਵਾਸ ਦੇ ਵਿੱਚ ਅੱਗੇ ਵਧੀਏ? ਘਰ ਦੀਆਂ ਪਰੇਸ਼ਾਨੀਆਂ ਨਹੀਂ ਜਾ ਰਹੀਆਂ, ਹਾਲਾਤ ਨਹੀਂ ਬਦਲੇ, ਕੁਛ ਸੁਧਾਰ ਨਹੀਂ ਹੋ ਰਿਹਾ, ਅਤੇ ਕਿੱਦਾਂ ਅਸੀਂ ਵਚਨ ਦੇ ਉੱਤੇ ਖੜ੍ਹੇ ਰਹੀਏ? ਯਾਦ ਰੱਖੋ, ਇਹ ਉਹ ਲੋਕ ਨੇ ਜਿਹਨਾਂ ਨੇ ਵਚਨ ਦੀ ਗਹਿਰਾਈ ਨੂੰ ਨਹੀਂ ਸਮਝਿਆ। ਅੱਜ ਤੁਸੀਂ ਖੋਖਲੇ ਦਿਲ ਵਾਲੇ ਨਹੀਂ ਬਣਨਾ, ਵਚਨ ਦੀ ਗਹਿਰਾਈ ਸਮਝੋ। ਔਰ ਵਚਨ ਦੀ ਗਹਿਰਾਈ ਕੀ ਹੈ? ਪਰਮੇਸ਼ਵਰ ਨੇ ਵਾਅਦੇ, ਪਰਮੇਸ਼ਵਰ ਦੇ ਪ੍ਰੋਮਿਸ ਆਮੀਨ ਦੇ ਵਿੱਚ ਪੂਰੇ ਹੁੰਦੇ ਹਨ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਤੀਸਰੇ ਤਰ੍ਹਾਂ ਦਾ ਜਿਹੜਾ ਬੀਜ ਸੀਗਾ ਉਹ ਝਾੜੀਆਂ ਦੇ ਵਿੱਚ ਜਾ ਕੇ ਗਿਰਿਆ, ਔਰ ਝਾੜੀਆਂ ਦੇ ਵਿੱਚ ਗਿਰਨ ਦੇ ਕਰਕੇ ਉਹ ਜਿਹੜਾ ਬੀਜ ਫਲਿਆ, ਥੋੜ੍ਹਾ ਜਿਹਾ ਅੱਗੇ ਵਧਿਆ, ਲੇਕਿਨ ਜਦੋਂ ਥੋੜ੍ਹਾ ਜਿਹਾ ਵਧਿਆ ਤਾਂ ਕੰਡਿਆਲੀਆਂ ਨੇ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਜਕੜ ਲਿਆ। ਇਹਦੇ 13 ਅਧਿਆਇ ਦੇ ਵਿੱਚ ਇੱਦਾਂ ਲਿਖਿਆ ਕਿ ਕੁਛ ਜਿਹੜਾ ਬੀਜ ਸੀਗਾ ਉਹ ਝਾੜੀਆਂ ਦੇ ਵਿੱਚ ਗਿਰਿਆ, ਝਾੜੀਆਂ ਵਿੱਚ ਗਿਰਿਆ, ਥੋੜ੍ਹਾ ਜਿਹਾ ਫਲਿਆ, ਪਰੰਤੂ ਅੱਗੇ ਚੱਲ ਕੇ ਜਦੋਂ ਝਾੜੀਆਂ, ਜਦੋਂ ਇਹ ਬੀਜ ਵਧਿਆ ਤਾਂ ਝਾੜੀਆਂ ਨੇ ਇਸ ਬੀਜ ਨੂੰ ਪਕੜ ਲਿਆ, ਮਤਲਬ ਕਿ ਝਾੜੀਆਂ ਨੇ ਇਸ ਬੀਜ ਨੂੰ ਜਕੜ ਲਿਆ। ਇਹ ਉਹ ਦਿਲ ਵਾਲੇ ਲੋਕ ਨੇ ਕਿ ਜਿਨ੍ਹਾਂ ਨੇ ਵਚਨ ਆਪਣੇ ਅੰਦਰ ਲਿਆ, ਵਚਨ ਨੂੰ ਸਵੀਕਾਰ ਵੀ ਕੀਤਾ, ਪਰੰਤੂ ਅੱਗੇ ਚੱਲ ਕੇ ਜੀਵਨ ਦੀਆਂ ਚਿੰਤਾਵਾਂ ਨੇ, ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੇ, ਜ਼ਿੰਦਗੀ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੇ ਉਹਨਾਂ ਨੂੰ ਦਬਾ ਲਿਆ। ਔਰ ਇਹ ਉਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ, ਆਪਣੇ ਅੰਦਰੋਂ ਉਹਨਾਂ ਨੇ ਵਚਨ ਨੂੰ ਗਹਿਰਾਈ ਦੇ ਨਾਲ ਸਵੀਕਾਰ ਨਹੀਂ ਕੀਤਾ, ਬਾਹਰੋਂ ਮੰਨ ਲਿਆ, ਸਵੀਕਾਰ ਕਰ ਲਿਆ ਵਚਨ, ਪਰੰਤੂ ਇਹਨਾਂ ਨੇ ਤੋਬਾ ਨਹੀਂ ਕੀਤੀ। ਅਤੇ ਜਦੋਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਆਈਆਂ, ਦੁੱਖ ਆਏ, ਤਾਂ ਇਹ ਲੋਕ ਵਾਪਸ ਚਲੇ ਗਏ। ਕਿੰਨੇ ਲੋਕ ਇੱਦਾਂ ਦੇ ਆ ਜਿਹੜੇ ਚਰਚ ਆਉਂਦੇ ਆ ਪਰੰਤੂ ਤੋਬਾ ਨਹੀਂ ਕਰਦੇ, ਵਚਨ ਨੂੰ ਸਵੀਕਾਰ ਨਹੀਂ ਕਰ ਲੈਂਦੇ ਆ, ਸਵੀਕਾਰ ਵਚਨ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਆ ਵਚਨ ਨੂੰ, ਪਰੰਤੂ ਜਦੋਂ ਚਿੰਤਾਵਾਂ ਆਉਂਦੀਆਂ, ਪਰੇਸ਼ਾਨੀਆਂ ਆਉਂਦੀਆਂ ਅਤੇ ਕੰਡਿਆਲੀਆਂ ਬਣ ਕੇ ਉਹ ਜਦੋਂ ਉਹਨਾਂ ਨੂੰ ਘੇਰਾ ਪਾ ਲੈਂਦੀਆਂ ਆ, ਤਾਂ ਫਿਰ ਲੋਕ ਜਿਹੜੇ ਆ ਪਿੱਛੇ ਹਟ ਜਾਂਦੇ ਆ। ਔਰ ਇਹ ਉਸ ਤਰ੍ਹਾਂ ਦੇ ਵੀ ਲੋਕ ਆ ਜਿਹੜੇ ਤੋਬਾ ਨਹੀਂ ਕਰਦੇ, ਆਪਣੇ ਅੰਦਰੋਂ ਸਵੀਕਾਰ ਨਹੀਂ ਕਰਦੇ ਪਰਮੇਸ਼ਵਰ ਨੂੰ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਜਿਹੜਾ ਚੌਥੀ ਤਰ੍ਹਾਂ ਦਾ ਜਿਹੜਾ ਬੀਜ ਸੀਗਾ ਉਹ ਇੱਕ ਚੰਗੀ ਭੂਮੀ ਉੱਤੇ ਗਿਰਿਆ, ਔਰ
ਮੱਤੀ 13 ਉਹਦੇ 9 ਵਚਨ ਵਿੱਚ ਲਿਖਿਆ ਕਿ ਜਿਹੜਾ ਚੰਗੀ ਭੂਮੀ ਦੇ ਵਿੱਚ ਜਿਹੜਾ ਬੀਜ ਡਿੱਗਿਆ, ਇਹ ਬੀਜ ਵਧਿਆ, ਇਸ ਬੀਜ ਨੇ ਇਹ ਬੀਜ 10 ਗੁਣਾ, 20 ਗੁਣਾ, 30 ਗੁਣਾ, 50 ਗੁਣਾ, 100 ਗੁਣਾ ਇਹ ਵਾਧਾ ਗਿਆ ਔਰ ਇਹ ਆਸ਼ਿਸ਼ਿਤ ਹੋਇਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਵਚਨ ਨੂੰ ਚੰਗੀ ਤਰ੍ਹਾਂ ਸੁਣ ਲਿਆ, ਆਪਣੇ ਕੰਨਾਂ ਨਾਲ ਸੁਣਿਆ, ਆਪਣੇ ਦਿਲ ਦੇ ਨਾਲ ਉਹਨਾਂ ਨੇ ਵਚਨ ਨੂੰ ਸਵੀਕਾਰ ਕੀਤਾ ਔਰ ਪੂਰੀ ਤਰ੍ਹਾਂ ਉਹਨਾਂ ਨੇ ਉਸ ਦੇ ਅਕੋਰਡਿੰਗ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਅੱਜ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਜਿਨ੍ਹਾਂ ਦੇ ਕੰਨ ਹਨ ਉਹ ਸੁਣ ਲੈਣ ਅਤੇ ਜਿਨ੍ਹਾਂ ਦੀਆਂ ਅੱਖਾਂ ਆ ਚੰਗੀ ਤਰ੍ਹਾਂ ਦੇਖ ਲੈਣ। ਇਹ ਵਚਨ ਇਹ ਜਿਹੜਾ ਬੀਜ ਸੀਗਾ ਇਹ ਚੰਗੀ ਭੂਮੀ ਵਿੱਚ ਗਿਰਿਆ ਔਰ ਇਹ ਫਲਿਆ ਔਰ ਇਹ ਵਧਿਆ ਔਰ ਇਹ ਬਲੈਸ ਹੋਇਆ। ਅੱਜ ਮੇਰੇ ਵਿੱਚੋਂ ਪਰਮੇਸ਼ੁਰ ਚਾਹੁੰਦਾ ਆ ਕਿ ਤੁਸੀਂ ਬਲੈਸ ਹੋਵੋ, ਪਰਮੇਸ਼ੁਰ ਚਾਹੁੰਦਾ ਕਿ ਤੁਸੀਂ ਵਚਨ ਨੂੰ ਪੂਰੀ ਤਰ੍ਹਾਂ ਗਹਿਰਾਈ ਵਿੱਚ ਲੈ ਕੇ ਜਾਓ। ਜੇ ਤੁਸੀਂ ਰੋਜ਼ ਪ੍ਰਾਰਥਨਾ ਕਰਦੇ ਹੋ, ਜੇ ਤੁਸੀਂ ਰੋਜ਼ ਵਚਨ ਪੜ੍ਹਦੇ ਹੋ, ਜੇ ਰੋਜ਼ ਤੁਸੀਂ ਚਰਚ ਜਾਂਦੇ ਹੋ, ਜੇ ਰੋਜ਼ ਤੁਸੀਂ ਦੁਆ ਕਰਨ ਵਾਲੇ ਲੋਕ ਹੋ, ਤਾਂ ਅੱਜ ਵੀ ਤੁਹਾਡਾ ਦਿਲ ਪੱਤਰਦਾ ਹੈ, ਤੁਹਾਡਾ ਦਿਲ ਖੋਖਲਾ ਹੈ, ਤੁਹਾਡਾ ਦਿਲ ਕੰਡਿਆਲੀਆਂ ਨਾਲ ਭਰਿਆ ਹੋਇਆ ਹੈ ਅਤੇ ਤੁਸੀਂ ਬਲੈਸ ਨਹੀਂ ਹੋ ਸਕਦੇ ਹੋ। ਕਿਉਂਕਿ ਇਹੋ ਜਿਹੇ ਇਹ 3 ਤਰ੍ਹਾਂ ਦੇ ਦਿਲ, ਜਿਹੜੇ ਪੱਥਰ ਦੇ ਨੇ, ਜਿਹੜੇ ਖੋਖਲੇ ਨੇ, ਜਿਹੜੇ ਕੰਡਿਆਲੇ ਦਿਲ ਨੇ, ਚਿੰਤਾਵਾਂ ਨਾਲ ਭਰੇ ਹੋਏ ਦਿਲ, ਇਹਨਾਂ ਨੂੰ ਪ੍ਰਭੂ ਸਵੀਕਾਰ ਨਹੀਂ ਕਰਦਾ। ਪਰਮੇਸ਼ੁਰ ਸਵੀਕਾਰ ਕਰਦਾ ਚੰਗੀ ਭੂਮੀ ਔਰ ਇਹ ਚੰਗੀ ਭੂਮੀ ਵਾਲਾ ਦਿਲ ਕਿਹੜਾ, ਉਹ ਫਲਦਾਇਕ ਦਿਲ। ਅਤੇ ਅੱਜ ਪਰਮੇਸ਼ੁਰ ਤੁਹਾਡੇ ਜੀਵਨ ਤੋਂ ਇੱਕ ਫਲਦਾਇਕ ਦਿਲ ਚਾਹੁੰਦਾ, ਮਤਲਬ ਕਿ ਤੁਸੀਂ ਪਰਮੇਸ਼ੁਰ ਨੂੰ ਫਲ ਦੇਣਾ। ਤੁਸੀਂ ਜਿਹੜਾ ਵਚਨ ਸੁਣਿਆ, ਵਚਨ ਸੁਣ ਕੇ ਬਸ ਖਤਮ, ਤੁਹਾਨੂੰ ਚੰਗਾ ਲੱਗਾ, ਵਚਨ ਦੀ ਤਾਰੀਫ ਕਰਤੀ, ਵਚਨ ਬਹੁਤ ਪਸੰਦ ਆਇਆ, ਇੱਥੇ ਤੱਕ ਗੱਲ ਖਤਮ ਨਹੀਂ ਹੈ। ਵਚਨ ਤੁਸੀਂ ਸੁਣਿਆ, ਵਚਨ ਦੇ ਅਕੋਰਡਿੰਗ ਤੁਸੀਂ ਚੱਲਣਾ, ਵਚਨ ਨੂੰ ਸਵੀਕਾਰ ਕਰਨਾ ਔਰ ਤੁਸੀਂ ਆਪਣੀ ਲਾਈਫ ਦੇ ਵਿੱਚ ਵਚਨ ਨੂੰ ਪੂਰੀ ਤਰ੍ਹਾਂ ਫੋਲੋ ਕਰਨਾ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਪਰਮੇਸ਼ੁਰ ਦਾ ਆਤਮਾ ਤੁਹਾਡੇ ਤੋਂ ਪ੍ਰਸੰਨ ਹੋਏਗਾ, ਕਿਉਂਕਿ ਪਰਮੇਸ਼ੁਰ ਨੂੰ ਇੱਕ ਫਲਦਾਇਕ ਲੋਕ ਪਸੰਦ ਨੇ, ਪਰਮੇਸ਼ੁਰ ਨੂੰ ਇੱਕ ਫਲਦਾਇਕ ਦਿਲ ਵਾਲੇ ਲੋਕ ਪਸੰਦ ਨੇ। ਪਰਮੇਸ਼ੁਰ ਨੂੰ ਉਹ ਲੋਕ ਪਸੰਦ ਨਹੀਂ ਹਨ ਜਿਹੜੇ ਕਿ ਵਚਨ ਨੂੰ ਸੁਣਦੇ ਨੇ ਅਤੇ ਮੰਨਦੇ ਨੇ। ਬਾਈਬਲ ਦੇ ਵਿੱਚ ਇੱਕ ਅਧਰੰਗੀ ਬਾਰੇ ਜ਼ਿਕਰ ਹੈ ਜਿਹੜਾ ਕਿ ਸੁੰਦਰ ਫਾਟਕ ਦੇ ਬਾਹਰ ਬੈਠਦਾ ਹੁੰਦਾ ਸੀਗਾ। ਇਹ ਬੰਦਾ ਕਿੰਨੇ ਸਾਲਾਂ ਤੋਂ ਅਧਰੰਗੀ ਸੀਗਾ ਅਤੇ ਬਾਈਬਲ ਦੇ ਵਿੱਚ ਲਿਖਿਆ ਇਹ ਬੰਦਾ ਪਰਮੇਸ਼ੁਰ ਦੇ ਭਵਨ ਦੇ ਬਾਹਰ ਬੈਠਦਾ ਸੀਗਾ। ਮਤਲਬ ਕਿ ਪਰਮੇਸ਼ੁਰ ਦਾ ਵਚਨ, ਕਿਉਂਕਿ ਹੁਣ ਜੇ ਤੁਸੀਂ ਕਿਸੇ ਪ੍ਰਭੂ ਦੇ ਘਰ ਦੇ ਲਾਗੇ ਬੈਠੋਗੇ ਤਾਂ ਨੈਚੁਰਲ ਜੀ ਗੱਲ ਹੈ ਕਿ ਅਗਰ ਪਰਮੇਸ਼ੁਰ ਦਾ ਵਚਨ ਅੰਦਰ ਚੱਲਦਾ ਪਿਆ ਜਾਂ ਪਰਮੇਸ਼ੁਰ ਦੀ ਆਰਾਧਨਾ ਅੰਦਰ ਚੱਲਦੀ ਪਈ ਹੈ ਤਾਂ ਆਵਾਜ਼ ਬਾਹਰ ਵੀ ਆਊਗੀ। ਇਹ ਜਿਹੜਾ ਵਿਅਕਤੀ ਸੀਗਾ, ਇਹ ਵਿਅਕਤੀ ਦੇ ਕੰਨਾਂ ਦੇ ਵਿੱਚ ਪਰਮੇਸ਼ੁਰ ਦੀ ਆਵਾਜ਼ ਪਹੁੰਚਦੀ ਸੀ, ਪਰੰਤੂ ਇਹਨੇ ਕਦੇ ਵਚਨ ਨੂੰ ਸਵੀਕਾਰ ਨਹੀਂ ਕੀਤਾ ਅਤੇ ਵਚਨ ਨਾ ਸਵੀਕਾਰ ਕਰਨ ਦੇ ਕਰਕੇ ਇਹ ਕਈ ਸਾਲਾਂ ਤੋਂ ਅਤਰੰਗੀ ਸੀਗਾ, ਠੀਕ ਨਹੀਂ ਹੋਇਆ। ਬਸ ਇਹਦਾ ਕੰਮ ਇੱਕੋ ਹੀ ਸੀਗਾ, ਹਰ ਰੋਜ਼ ਆਣ ਕੇ ਪਰਮੇਸ਼ੁਰ ਦੇ ਭਵਨ ਦੇ ਬਾਹਰ ਪੈ ਜਾਣਾ ਅਤੇ ਜਿੰਨੇ ਭਵਨ ਦੇ ਅੰਦਰ ਗਏ ਲੋਕ ਉਹਨਾਂ ਕੋਲੋਂ ਭੀਖ ਮੰਗ ਲੈਣੀ ਅਤੇ ਸ਼ਾਮ ਨੂੰ ਪੈਸੇ ਇਕੱਠੇ ਕਰਨੇ ਤੁਸੀਂ ਆਪਣੇ ਘਰ ਚਲੇ ਜਾਣਾ। ਤੁਹਾਡੇ ਵਿੱਚੋਂ ਵੀ ਕਿੰਨੇ ਲੋਕ ਚਰਚ ਜਾਂਦੇ ਆ, ਪਰੰਤੂ ਕਾਹਦੇ ਵਾਸਤੇ ਜਾਂਦੇ ਆ? ਬਿਜ਼ਨਸ ਕਰਨ ਵਾਸਤੇ, ਅਤੇ ਉਹ ਬਿਜ਼ਨਸ ਮਾਇੰਡ ਦੇ ਨਾਲ ਜਾਂਦੇ ਆ ਅਤੇ ਬਿਜ਼ਨਸ ਮਾਇੰਡ ਦੇ ਨਾਲ ਹੀ ਵਾਪਸ ਆ ਜਾਂਦੇ ਆ। ਕੋਈ ਬਲੈਸਿੰਗ ਨਹੀਂ ਹੈ, ਕੋਈ ਬਰਕਤ ਨਹੀਂ ਹੈ, ਕੋਈ ਚੇਂਜ ਨਹੀਂ ਹੈ, ਕੋਈ ਆਸ਼ਿਸ਼ ਨਹੀਂ ਹੈ, ਕੋਈ ਵੀ ਪਰਿਵਰਤਨ ਨਹੀਂ ਹੈ। ਬਸ ਇੱਕੋ ਹੀ ਚੀਜ਼ ਆ ਉਹਨਾਂ ਦੇ ਅੰਦਰ ਕਿ ਸਿਰਫ ਚਰਚ ਜਾਣਾ ਆ ਅਤੇ ਉੱਥੋਂ ਕੁਛ ਨਾ ਕੁਛ ਲੈ ਕੇ ਆਉਣਾ। ਇਹੋ ਜਿਹੇ ਲੋਕ ਕਦੇ ਬਲੈਸ ਨਹੀਂ ਹੁੰਦੇ। ਯਾਦ ਰੱਖੋ, ਪਰਮੇਸ਼ੁਰ ਚਾਹੁੰਦਾ ਹੈ ਤੁਸੀਂ ਚੰਗੀ ਭੂਮੀ ਬਣੋ। ਹੁਣ ਚੰਗੀ ਭੂਮੀ ਦੇ ਵਿੱਚ ਮਲ ਜਿਹੜਾ ਇੱਕ ਬੀਜ ਬੋਣ ਵਾਲਾ ਆ ਉਹ ਆਪਣਾ ਬੀਜ ਸੁੱਟਦਾ ਆ ਅਤੇ ਉਹ ਬੀਜ ਵੱਧਦਾ ਆ ਅਤੇ ਬੀਜ ਸਿਰਫ ਆਪਣੇ ਆਪ ਲਈ ਨਹੀਂ ਵੱਧਦਾ, ਉਹ ਬੀਜ ਫਲਦਾਇਕ ਬਣਦਾ ਅਤੇ ਉਸ ਬੀਜ ਤੋਂ ਹਜ਼ਾਰਾਂ ਲੋਕ ਬਲੈਸ ਹੁੰਦੇ ਆ। ਜੋ ਤੁਸੀਂ ਫਲਦਾਇਕ ਹੋਵੋਗੇ ਨਾ, ਤੁਹਾਡੇ ਤੋਂ ਲੋਕ ਹੋਰ ਜ਼ਿਆਦਾ ਬਲੈਸ ਹੋਣਗੇ, ਤੁਹਾਡੇ ਦੁਆਰਾ ਲੋਕ ਹੋਰ ਬਚਣਗੇ। ਅਤੇ ਇਸ ਪਰਮੇਸ਼ੁਰ ਇਹੀ ਚਾਹੁੰਦਾ ਤੁਹਾਡੀ ਜ਼ਿੰਦਗੀ ਤੋਂ, ਤੁਸੀਂ ਹੋਰ ਜ਼ਿਆਦਾ ਫਲਦਾਇਕ ਬਣੋ। ਸਿਰਫ ਵਚਨ ਨੂੰ ਸੁਣ ਲਿਆ, ਇੱਥੇ ਤੱਕ ਖਤਮ ਨਾ ਕਰ ਦਿਉ। ਅੱਜ ਰਾਤ ਹੀ ਵਚਨ ਸੁਣਿਆ, ਸਵੇਰੇ ਕਿੱਦਾਂ ਭੁੱਲ ਗਿਆ? ਕਿਉਂ? ਕਿਉਂਕਿ ਵਚਨ ਅੰਦਰ ਨਹੀਂ ਗਿਆ। ਜਦੋਂ ਮੈਂ ਆਪਣੇ ਚਰਚ ਦੇ ਵਿੱਚ ਪ੍ਰਚਾਰ ਕਰਦੀ ਹਾਂ ਤਾਂ ਮੈਂ ਹਰ ਸੰਡੇ ਹਮੇਸ਼ਾ ਲੋਕਾਂ ਨੂੰ ਪੁੱਛਦੀ ਹਾਂ ਕਿ ਪਿਛਲੇ ਸੰਡੇ ਮੈਂ ਕੀ ਵਚਨ ਦਿੱਤਾ ਹੈ, ਅਤੇ ਕੁਛ ਲੋਕ ਤਾਂ ਫਟਾਫਟ ਦੱਸ ਦਿੰਦੇ ਆ ਕਿ ਆਹ ਵਚਨ ਸੀਗਾ। ਤਾਂ ਉਹ ਕਿਉਂ ਦੱਸਦੇ ਆ? ਕਿਉਂਕਿ ਉਹਨਾਂ ਨੇ ਉਹ ਵਚਨ ਨੂੰ ਆਪਣੇ ਅੰਦਰ ਗ੍ਰਹਿਣ ਕਰ ਲਿਆ। ਯਾਦ ਰੱਖੋ, ਅਸੀਂ
ਇੱਕ ਥਿਊਰੀ ਹੁੰਦੀ ਹੈ, ਇੱਕ ਪ੍ਰੈਕਟੀਕਲ ਹੁੰਦਾ ਹੈ। ਥਿਊਰੀ ਮਤਲਬ ਲਿਖ ਲਿਆ ਸੀ ਕਾਪੀਆਂ ਦੇ ਉੱਤੇ, ਲਿਖ ਲਿਆ ਇਹ ਥਿਊਰੀ ਹੈ। ਪ੍ਰੈਕਟੀਕਲ ਕੀ ਹੈ? ਖੁਦ ਆਪਣੀ ਜ਼ਿੰਦਗੀ ਉੱਤੇ ਲਾਗੂ ਕੀਤਾ। ਕੁਛ ਲੋਕ ਵਚਨ ਨੂੰ ਪ੍ਰੈਕਟੀਕਲ ਲੈਂਦੇ, ਪ੍ਰੈਕਟੀਕਲ ਕਰਦੇ ਆ, ਕੁਛ ਲੋਕ ਜਸਟ ਪ੍ਰੈਕਟੀਕਲੀ ਲੈਂਦੇ ਆ ਵਚਨ ਨੂੰ, ਮਤਲਬ ਬਸ ਸੁਣਿਆ, ਰਿਟਨ ਕਰ ਲਿਆ ਐਂਡ ਦੈਟਸ ਇਟ। ਬਟ ਕੁਛ ਲੋਕ ਪ੍ਰੈਕਟੀਕਲ ਕਰਦੇ ਆਪਣੇ ਜੀਵਨ ਦੇ ਵਿੱਚ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹੋ ਜਿਹੇ ਲੋਕਾਂ ਨੂੰ, ਇਹ ਫਲਦਾਇਕ ਦਿਲ ਵਾਲੇ ਲੋਕ ਆ, ਇਹ ਪਰਮੇਸ਼ੁਰ ਨੂੰ ਪਰਮੇਸ਼ੁਰ ਦੇ ਲਈ ਚੰਗੀ ਭੂਮੀ ਵਾਲੇ ਦਿਲ ਆ, ਦਿਲ ਵਾਲੇ ਲੋਕ ਆ ਜਿਹੜੇ ਵਚਨ ਨੂੰ ਪ੍ਰੈਕਟੀਕਲ ਕਰਦੇ ਆ, ਜਿਹੜੇ ਵਚਨ ਦਾ ਪ੍ਰੈਕਟੀਕਲ ਕਰਦੇ ਆਪਣੀ ਲਾਈਫ ਵਿੱਚ। ਇਹਨੂੰ ਮੈਂ ਚੰਗੀ ਇਹਨੂੰ ਮੈਂ ਸਿੰਪਲ ਸ਼ਬਦਾਂ 'ਚ ਸਮਝਾਉਣਾ ਚਾਹੁੰਦੀ। ਜੋ ਤੁਸੀਂ ਪ੍ਰਭੂ ਦੇ ਘਰ ਵਿੱਚ ਜਾਂਦੇ ਹੋ ਨਾ, ਜੋ ਤੁਹਾਡਾ ਪਰਮੇਸ਼ੁਰ ਦਾ ਦਾਸ ਤੁਹਾਨੂੰ ਕੋਈ ਵੀ ਵਚਨ ਦਿੰਦਾ, ਤੁਸੀਂ ਉਸ ਵਚਨ ਨੂੰ ਰਾਈਟ ਡਾਊਨ ਕਰੋ, ਉਸ ਵਚਨ ਨੂੰ ਆਪਣੇ ਘਰ ਆ ਕੇ ਪੜ੍ਹੋ, ਹੋ ਸਕੇ ਤਾਂ ਡੇਲੀ ਪੜ੍ਹੋ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਤੱਕ ਤੁਸੀਂ ਰੀਡ ਕਰੋ ਕਿ ਤੁਹਾਡੇ ਦਾਸ ਨੇ ਤੁਹਾਨੂੰ ਕੀ ਵਚਨ ਦਿੱਤਾ ਸੀ, ਔਰ ਉਹਦੇ ਵਿੱਚੋਂ ਤੁਸੀਂ ਇੱਕ ਚੀਜ਼ ਫੜ ਲਓ ਅਤੇ ਉਹਨੂੰ ਪ੍ਰੈਕਟੀਕਲ ਕਰਨਾ ਸ਼ੁਰੂ ਕਰੋ। ਇਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਵਚਨ ਸਿਖਾਇਆ ਗਿਆ ਕਿ ਤੁਸੀਂ ਗੁੱਸਾ ਨਹੀਂ ਕਰਨਾ, ਹੁਣ ਤੁਹਾਨੂੰ ਕਿਹੜੀਆਂ ਗੱਲਾਂ 'ਤੇ ਗੁੱਸਾ ਆਉਂਦਾ, ਇੱਕ ਸੂਚੀ ਤਿਆਰ ਕਰੋ ਕਿ ਹਾਂ ਮੈਨੂੰ ਇਹਨਾਂ ਚੀਜ਼ਾਂ ਤੋਂ ਗੁੱਸਾ ਆਉਂਦਾ, ਅਤੇ ਤੁਸੀਂ ਕੀ ਕਰਨਾ, ਉਹਨੂੰ ਅਵੋਇਡ ਕਰਨਾ ਸਟਾਰਟ ਕਰਨਾ। ਸੁਣੋ, ਇਹ ਇੰਨਾ ਔਖਾ ਨਹੀਂ ਹੈ ਜਿਵੇਂ ਤੁਹਾਨੂੰ ਦੱਸਣੀ ਆ, ਤੁਸੀਂ ਕਰ ਸਕਦੇ ਹੋ, ਇਹ ਬਹੁਤ ਆਸਾਨ ਹੈ ਔਰ ਪ੍ਰਭੂ ਤੁਹਾਨੂੰ ਬਲੈਸ ਕਰੇਗਾ। ਤੁਸੀਂ ਇੱਕ ਸੂਚੀ ਬਣਾਓ, ਮੇਰੇ ਅੰਦਰ ਇੱਥੇ ਇੱਥੇ ਕਮੀ ਆ, ਇਸ ਜਗ੍ਹਾ 'ਤੇ ਮੈਨੂੰ ਗੁੱਸਾ ਆਉਂਦਾ, ਔਰ ਪਿਛਲੇ ਔਰ ਲਾਸਟ ਮੰਥ ਦੇ ਵਿੱਚ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਗਲਤ ਕੀਤੀਆਂ, ਜਿਹੜੀਆਂ ਕਿ ਜਿਹਨਾਂ ਗੱਲਾਂ 'ਤੇ ਮੈਨੂੰ ਗੁੱਸਾ ਆਇਆ ਸੀ। ਫਿਰ ਉਹ ਸੂਚੀ ਤਿਆਰ ਕਰਕੇ ਪਰਮੇਸ਼ੁਰ ਦੇ ਚਰਨਾਂ 'ਚ ਬੈਠੋ, ਲਗਾਤਾਰ ਪ੍ਰਾਰਥਨਾ ਕਰੋ, ਪਰਮੇਸ਼ੁਰ ਮੇਰੇ ਵਿੱਚ ਇਹ ਕਮੀਆਂ ਨੂੰ ਕੱਟ ਦਿਉ। ਸੁਣੋ, ਧਿਆਨ ਨਾਲ ਵਚਨ ਨੂੰ ਲਾਈਟਲੀ ਨਾ ਲਓ। ਜਦੋਂ ਖੁਦਾ ਦਾ ਦਾਸ ਤੁਹਾਨੂੰ ਕਲਾਮ ਦੱਸਦਾ ਆ, ਜਾਂ ਪਰਮੇਸ਼ੁਰ ਦੀ ਦਾਸੀ ਕੋਈ ਵੀ ਖੁਦਾ ਦਾ ਸੇਵਕ ਜਦੋਂ ਵਚਨ ਦਿੰਦਾ ਆ, ਤਾਂ ਉਸ ਵਚਨ ਨੂੰ ਲਾਈਟਲੀ ਕਦੇ ਨਾ ਲਓ। ਤੁਸੀਂ ਫਟਾਫਟ ਉਸ ਵਚਨ ਨੂੰ ਸਵੀਕਾਰ ਕਰੋ। ਮੈਂ ਜਦੋਂ ਇੱਕ ਵਿਸ਼ਵਾਸੀ ਸੀ ਤਾਂ ਮੇਰੀ ਸ਼ੁਰੂ ਤੋਂ ਇੱਕ ਹੈਬਿਟ ਸੀਗੀ, ਮੈਨੂੰ ਜਿੱਥੇ ਵੀ ਕਿਤੇ ਵਚਨ ਮਿਲਦਾ ਸੀਗਾ ਮੈਂ ਬਹੁਤ ਗਹਿਰਾਈ ਨਾਲ ਸੁਣਦੀ ਸੀ। ਮੈਨੂੰ ਯਾਦ ਹੈ ਮੈਂ ਆਪਣੇ ਘਰ ਦੇ ਵਿੱਚ ਵੀ ਜਦੋਂ ਕਿਤੇ ਦੂਰੋਂ ਨੇੜਿਓਂ ਵੀ ਮੈਨੂੰ ਆਵਾਜ਼ ਆਉਂਦੀ ਸੀ ਕਿਤੇ ਉਹ ਪ੍ਰਭੂ ਦੇ ਵਚਨ ਦੀ, ਮੈਨੂੰ ਕੋਈ ਕਲਾਮ ਸੁਣਦਾ ਸੀ ਤਾਂ ਮੈਂ ਇੱਕਦਮ ਸਾਇਲੈਂਟ ਮੂਡ 'ਚ ਹੋ ਜਾਂਦੀ ਸੀ, ਕਿ ਮੈਂ ਸੋਚਦੀ ਹੁੰਦੀ ਸੀ ਪਤਾ ਨਹੀਂ ਖੁਦਾਵੰਦ ਨੇ ਮੇਰੇ ਨਾਲ ਕਦੋਂ ਗੱਲ ਕਰ ਲੈਣੀ ਆ, ਅਤੇ ਕਦੋਂ ਪਰਮੇਸ਼ੁਰ ਨੇ ਮੇਰੇ ਨਾਲ ਬੋਲ ਪੈਣਾ ਹੈ, ਅਤੇ ਕੀ ਪਤਾ ਨਹੀਂ ਕਿਹੜਾ ਇੱਦਾਂ ਦਾ ਵਚਨ ਆ ਜਾਣਾ ਆ ਜਿਹਨੂੰ ਮੈਂ ਸੁਣ ਕੇ ਮੇਰੇ ਜੀਵਨ ਦੇ ਵਿੱਚ ਪਰਿਵਰਤਨ ਆ ਜਾਣਾ। ਯਾਦ ਰੱਖੋ, ਜਦੋਂ ਵਚਨ ਦੀ ਇੱਜ਼ਤ ਕਰੋਗੇ ਤਾਂ ਬਲੈਸ ਹੋ ਜਾਓਗੇ। ਇਹ ਫਲ ਦਾ ਇੱਕ ਦਿਲ ਦੀਆਂ ਨਿਸ਼ਾਨੀਆਂ ਨੇ, ਅਤੇ ਮੈਂ ਉਹਨਾਂ ਤਿੰਨ ਦਿਲਾਂ ਦਾ ਜ਼ਿਕਰ ਨਹੀਂ ਜ਼ਿਆਦਾ ਕੀਤਾ ਕਿਉਂਕਿ ਉਹਨਾਂ ਦਿਲਾਂ ਦੀ ਜ਼ਰੂਰਤ ਨਹੀਂ ਹੈ ਪਰਮੇਸ਼ੁਰ ਨੂੰ, ਅਤੇ ਪਰਮੇਸ਼ੁਰ ਨੂੰ ਚਾਹੀਦਾ ਫਲ ਦਾ ਇੱਕ ਦਿਲ। ਇਸ ਕਰਕੇ ਮੈਂ ਤੁਹਾਨੂੰ ਸਿਰਫ ਫਲ ਦਾ ਇੱਕ ਦਿਲ ਬਾਰੇ ਜ਼ਿਆਦਾ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਜਦੋਂ ਤੁਸੀਂ ਵਚਨ ਨੂੰ ਗਹਿਰਾਈ ਨਾਲ ਸਮਝੋਗੇ, ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਜਿੱਥੋਂ ਵੀ ਕਿਤੋਂ ਤੁਹਾਨੂੰ ਕਲਾਮ ਮਿਲਦਾ। ਯਾਦ ਰੱਖੋ, ਜਦੋਂ ਪ੍ਰਭੂ ਬੋਲਦੇ ਨੇ ਤਾਂ ਪ੍ਰਭੂ ਆਪਣੇ ਵਚਨ ਦੁਆਰਾ ਬੋਲਦੇ ਨੇ, ਜਦੋਂ ਪ੍ਰਭੂ ਬੋਲਦੇ ਨੇ ਪ੍ਰਭੂ ਆਪਣੇ ਵਚਨ ਦੁਆਰਾ ਬੋਲਦੇ ਨੇ। ਪ੍ਰਭੂ ਕਿਸੇ ਦੇ ਦੁਆਰਾ ਵੀ ਬੋਲ ਸਕਦੇ ਨੇ, ਮਤਲਬ ਪਰਮੇਸ਼ੁਰ ਦਾ ਕੋਈ ਪਰਟੀਕੁਲਰ ਪਰਸਨ ਅਪੁਆਇੰਟ ਨਹੀਂ ਕੀਤਾ ਹੋਇਆ ਕਿ ਪਰਮੇਸ਼ੁਰ ਨੇ ਇਹਦੇ ਦੁਆਰਾ ਗੱਲ ਕਰਨੀ ਆ। ਪਰਮੇਸ਼ੁਰ ਕਿਸੇ ਦੇ ਦੁਆਰਾ ਵੀ ਤੁਹਾਡੇ ਨਾਲ ਬੋਲ ਸਕਦੇ ਨੇ। ਜਦੋਂ ਕਿਤੇ ਵੀ ਤੁਸੀਂ ਵਚਨ ਸੁਣਦੇ ਹੋ, ਉਸੇ ਟਾਈਮ ਸਾਇਲੈਂਟ ਹੋ ਜਾਓ, ਉਸੇ ਟਾਈਮ ਆਪਣਾ ਦਿਲ ਖੋਲ੍ਹ ਦਿਉ, ਉਸੇ ਟਾਈਮ ਤੁਸੀਂ ਵਚਨ ਨੂੰ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿਉ ਕਿ ਪਰਮੇਸ਼ੁਰ ਮੇਰੇ ਨਾਲ ਕੀ ਬੋਲ ਰਿਹਾ। ਅਤੇ ਮੈਂ ਲਗਾਤਾਰ ਕੀ ਕਰਦੀ ਸੀ, ਜਦੋਂ ਮੈਂ ਚਰਚ ਜਾਣਾ ਤਾਂ ਮੈਂ ਸਵੇਰੇ ਉੱਠ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣੀ 5 ਵਜੇ, ਪਿਤਾ ਜਦੋਂ ਮੈਂ ਚਰਚ ਜਾਵਾਂ ਤਾਂ ਜਿਹੜਾ ਕਲਾਮ ਹੋਵੇ ਉਹ ਮੇਰੀ ਜ਼ਿੰਦਗੀ ਲਈ ਹੋਵੇ, ਤਾਂ ਪਰਮੇਸ਼ੁਰ ਜਦੋਂ ਕਲਾਮ ਖੁੱਲ੍ਹੇ ਤਾਂ ਉਹ ਮੇਰੇ ਨਾਲ ਗੱਲਾਂ ਕਰੇ। ਤੁਸੀਂ ਇੱਦਾਂ ਪ੍ਰਾਰਥਨਾ ਕਰਦੇ ਹੋ, ਜਿੱਦਾਂ ਪ੍ਰਾਰਥਨਾ ਕਰਦੇ ਹੋ ਅਤੇ ਤੁਸੀਂ ਕਦੇ ਵਚਨ ਨਹੀਂ ਭੁੱਲ ਸਕਦੇ ਹੋ। ਮੈਂ ਇਹ ਬਲੀਵ ਕਰਦੀ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਫਲਦਾਇਕ ਦਿਲ ਵਾਲੇ ਲੋਕ ਬਣੋਗੇ, ਅੱਜ ਤੋਂ ਬਾਅਦ ਤੁਹਾਡੇ ਅੰਦਰ ਪ੍ਰਭੂ ਦਾ ਵਚਨ ਹੋਏਗਾ। ਜਦੋਂ ਤੁਸੀਂ ਵਚਨ ਨੂੰ ਸਵੀਕਾਰ ਕਰ ਲਿਆ, ਗ੍ਰਹਿਣ ਕਰ ਲਿਆ, ਜਦੋਂ ਚੰਗੀ ਤਰ੍ਹਾਂ ਤੁਸੀਂ ਵਚਨ ਨੂੰ ਸੁਣ ਲਿਆ, ਤਾਂ ਤੁਸੀਂ ਪਰਮੇਸ਼ੁਰ ਦੇ ਲਈ ਬਰਕਤ ਔਰ ਅਸੀਸ ਦਾ ਕਾਰਨ ਬਣ ਜਾਓਗੇ, ਔਰ ਆਪਣੇ ਆਪ ਲਈ ਨਹੀਂ ਹੋਰ ਵੀ ਲੋਕਾਂ ਵਾਸਤੇ, ਹੋਰ ਵੀ ਲੋਕਾਂ ਦੇ ਜੀਵਨ ਬਚਣਗੇ। ਅੱਜ ਤੁਹਾਨੂੰ ਜ਼ਰੂਰਤ ਹੈ ਕਿ ਵਚਨ ਨੂੰ ਆਪਣੇ ਅੰਦਰ ਜਮ੍ਹਾਂ ਕਰ ਲਓ, ਸਟੋਰ ਕਰ ਲਓ ਵਚਨ ਨੂੰ। ਇੱਕ ਟਾਈਮ ਇੱਦਾਂ ਦਾ ਹੈ ਨਾ ਵਚਨ ਨਹੀਂ ਲੱਭਣਾ ਸਾਨੂੰ, ਅਤੇ ਉਸ ਟਾਈਮ ਵਿੱਚ ਜਿਹੜਾ ਅੰਦਰ ਸਟੋਰ ਹੋਇਆ ਵਚਨ ਉਹ ਹੀ ਰਹਿਣਾ ਧਰਤੀ ਉੱਤੇ। ਇਸ ਕਰਕੇ ਪਰਮੇਸ਼ੁਰ ਚਾਹੁੰਦਾ ਫਲਦਾਇਕ ਬਣੋ, ਤੁਸੀਂ ਉਹ ਚੰਗੀ ਭੂਮੀ ਬਣੋ ਜਿੱਥੇ ਪਰਮੇਸ਼ੁਰ ਆਪਣਾ ਬੀਜ ਸੁੱਟ ਸਕੇ, ਜਿੱਥੇ ਪਰਮੇਸ਼ੁਰ ਨੂੰ ਫਲ ਮਿਲ ਸਕੇ, ਪਰਮੇਸ਼ੁਰ ਜਿੱਥੋਂ ਆਪਣੀ ਖੇਤੀ ਨੂੰ ਕੱਟ ਸਕੇ,
ਅੱਜ ਮੇਰੇ ਜੋ ਪਰਮੇਸ਼ੁਰ ਤੁਹਾਡੇ ਉਸ ਦਿਲ ਨੂੰ ਪਸੰਦ ਕਰਦਾ ਹੈ, ਪਰਮੇਸ਼ੁਰ ਅੱਜ ਉਸ ਦਿਲ ਨੂੰ ਪਿਆਰ ਕਰਦਾ ਹੈ। ਯਕੀਨਨ ਅੱਜ ਪਰਮੇਸ਼ੁਰ ਤੁਹਾਨੂੰ ਬਲੈਸ ਕਰੇਗਾ। ਖੁਦਾਵੰਦ ਤੁਹਾਨੂੰ ਅੱਜ ਇਹਨਾਂ ਵਚਨਾਂ ਉੱਤੇ ਆਸ਼ਿਸ਼ ਔਰ ਬਰਕਤ ਦੇਵੇ। ਆਮੀਨ। ਹੁਣ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਜਾ ਰਹੀ ਹਾਂ, ਜਿੱਦਾਂ ਮੈਂ ਹੁਣੇ ਤੁਹਾਨੂੰ ਵਚਨ ਵਿੱਚੋਂ ਸਿਖਾਇਆ, ਅਤੇ ਤੁਸੀਂ ਵੀ ਇੱਦਾਂ ਹੀ ਅੱਜ ਪ੍ਰਾਰਥਨਾ ਕਰਨੀ ਆ, ਔਰ ਤੁਸੀਂ ਆਪਣੇ ਦਿਲ 'ਤੇ ਅੱਜ ਹੱਥ ਰੱਖੋ ਔਰ ਪਰਮੇਸ਼ੁਰ ਨੂੰ ਕਹੋ, ਖੁਦਾਵੰਦ ਤੁਸੀਂ ਹੁਣੇ ਇਸੇ ਟਾਈਮ ਮੇਰੇ ਦਿਲ ਨੂੰ ਪਰਿਵਰਤਿਤ ਕਰ ਦਿਉ। ਆਪਣੇ ਪਰਮੇਸ਼ੁਰ ਨੂੰ ਕਹੋ, ਪ੍ਰਭੂ ਮੇਰੇ ਦਿਲ ਨੂੰ ਤੁਸੀਂ ਚੇਂਜ ਕਰ ਦਿਉ। ਮੈਂ ਦੁਆ ਕਰਾਂਗੀ ਔਰ ਪ੍ਰਭੂ ਤੁਹਾਡੇ ਵਾਸਤੇ ਮੈਰੀਕਲ ਕਰੇਗਾ। ਪਿਤਾ, ਮੈਂ ਤੁਹਾਡੇ ਸਾਮਰਥੀ ਔਰ ਪਵਿੱਤਰ ਨਾਮ ਦੇ ਵਿੱਚ ਫਿਰ ਇੱਕ ਵਾਰੀ ਤੇਰੇ ਚਰਨਾਂ ਦੇ ਵਿੱਚ ਆਉਂਦੀ ਹਾਂ ਔਰ ਦੁਆ ਕਰਦੀ ਹਾਂ, ਜਿੰਨੇ ਵੀ ਭੈਣ ਭਰਾ ਮੈਨੂੰ ਦੇਖ ਰਹੇ ਹਨ, ਜਿਨ੍ਹਾਂ ਨੇ ਅੱਜ ਤੇਰਾ ਵਚਨ ਸੁਣਿਆ, ਪਰਮੇਸ਼ੁਰ ਮੈਂ ਚਾਹੁੰਦੀ ਹਾਂ ਇਹਨਾਂ ਦੇ ਅੰਦਰੋਂ ਉਹ ਦਿਲ ਜਿਹੜਾ ਤੂੰ ਨਹੀਂ ਚਾਹੁੰਦਾ, ਉਹ ਦਿਲ ਪ੍ਰਭੂ ਜਿੱਥੋਂ ਤੈਨੂੰ ਨਫ਼ਰਤ ਹੈ, ਅੱਜ ਉਸ ਨੂੰ ਕੱਢ ਦੇ ਔਰ ਪ੍ਰਭੂ ਤੂੰ ਆਪਣੇ ਲੋਕਾਂ ਨੂੰ ਇੱਕ ਨਵਾਂ ਦਿਲ ਦੇ, ਪੱਥਰ ਦੇ ਦਿਲ ਨੂੰ ਕੱਢ ਕੇ ਪ੍ਰਭੂ ਇੱਕ ਮਾਸ ਦਾ ਦਿਲ ਭਰ ਦੇ। ਤੂੰ ਵਾਅਦਾ ਕੀਤਾ ਮੈਂ ਤੁਹਾਨੂੰ ਇੱਕ ਨਵਾਂ ਦਿਲ ਦੇਵਾਂਗਾ, ਔਰ ਅੱਜ ਮੈਂ ਦੁਆ ਕਰਦੀ ਹਾਂ ਪ੍ਰਭੂ, ਜਿੰਨੇ ਮੈਨੂੰ ਦੇਖ ਰਹੇ ਹਨ ਅੱਜ, ਜਿਨ੍ਹਾਂ ਨੇ ਆਪਣੇ ਦਿਲ 'ਤੇ ਹੱਥ ਰੱਖਿਆ ਹੋਇਆ, ਪ੍ਰਭੂ ਇਹ ਦਿਲ ਕਰ ਦੇ, ਪ੍ਰਭੂ ਇਸ ਦਿਲ ਨੂੰ ਚੇਂਜ ਕਰ ਦੇ, ਪ੍ਰਭੂ ਇਸ ਦਿਲ ਨੂੰ ਫਲਦਾਇਕ ਬਣਾ ਦੇ ਪਿਤਾ ਪਰਮੇਸ਼ੁਰ ਜੀ, ਤਾਂ ਕਿ ਤੈਨੂੰ ਭਾਉਂਦਾ ਰਹੇ ਪ੍ਰਭੂ, ਔਰ ਇਹ ਬਲੈਸ ਹੋ ਜਾਣ ਪ੍ਰਭੂ ਤੇਰੇ ਨਾਮ ਦੇ ਵਿੱਚ, ਖੁਦਾਵੰਦ ਔਰ ਪਰਮੇਸ਼ੁਰ ਇਹ ਤੇਰੀ ਸਾਮਰਥ ਔਰ ਤੇਰੇ ਵਚਨ ਨੂੰ ਗ੍ਰਹਿਣ ਕਰ ਸਕਣ। ਅੱਜ ਮੈਂ ਤੇਰੇ ਸਾਮਰਥੀ ਨਾਮ ਵਿੱਚ ਦੁਆ ਕਰਦੀ ਹਾਂ ਪਿਤਾ ਪਰਮੇਸ਼ੁਰ ਜੀ, ਤੇਰਾ ਧੰਨਵਾਦ ਕਰਦੀ ਇਹਨਾਂ ਦੇ ਦਿਲ ਨੂੰ ਬਦਲਣ ਲਈ, ਔਰ ਮੈਂ ਇੱਕ ਇੱਕ ਬਿਮਾਰ ਲਈ ਦੁਆ ਕਰਦੀ ਹਾਂ, ਇੱਕ ਇੱਕ ਲਾਚਾਰ ਲਈ ਦੁਆ ਕਰਦੀ ਹਾਂ, ਇੱਕ ਇੱਕ ਦੁਖੀ ਲਈ ਦੁਆ ਕਰਦੀ ਹਾਂ ਪ੍ਰਭੂ ਜੀ, ਹਰ ਇੱਕ ਦੁਖੀ ਪ੍ਰਭੂ ਅੱਜ ਆਪਣੇ ਦੁੱਖਾਂ ਤੋਂ ਆਜ਼ਾਦ ਖੋਜਵੇ, ਹਰ ਇੱਕ ਬਿਮਾਰ ਅੱਜ ਤੇਰੇ ਨਾਂ ਵਿੱਚ ਚੰਗਾ ਖੋਜਵੇ, ਹਰ ਲਾਚਾਰੀ ਤੇਰੇ ਨਾਂ ਵਿੱਚ ਚਲੀ ਜਾਏ ਪ੍ਰਭੂ, ਹਰ ਬਿਮਾਰੀ ਤੇਰੇ ਨਾਂ ਵਿੱਚ ਚਲੀ ਜਾਏ ਪ੍ਰਭੂ, ਹਰ ਰੋਗ ਤੇਰੇ ਨਾਂ ਵਿੱਚ ਚਲਾ ਜਾਏ ਪ੍ਰਭੂ, ਹਰ ਇੱਕ ਸ਼ੈਤਾਨ ਦਾ ਬੰਧਨ ਤੇਰੇ ਨਾਮ ਦੇ ਵਿੱਚ ਟੁੱਟ ਜਾਏ। ਰਾਈਟ ਨੋ ਫਾਦਰ, ਤੁਸੀਂ ਵੱਡੇ ਅਤੇ ਅਨੋਖੇ ਕੰਮ ਕਰ ਸਕਦੇ ਹੋ, ਤੁਹਾਡੇ ਦੁਆਰਾ ਸਭ ਕੁਝ ਖੋ ਸਕਦਾ ਪਿਤਾ ਪਰਮੇਸ਼ੁਰ। ਮੇਰੀ ਪ੍ਰਾਰਥਨਾ ਪਿਤਾ ਪਰਮੇਸ਼ੁਰ ਜੀ, ਅੱਜ ਜਿਨ੍ਹਾਂ ਨੇ ਵੀ ਅੱਜ ਦਾ ਵਚਨ ਸੁਣਿਆ, ਇਹਨਾਂ ਦੀ ਜ਼ਿੰਦਗੀ ਸੇਮ ਨਾ ਰੱਖੇ, ਪਰ ਜਿਨ੍ਹਾਂ ਲਈ ਪ੍ਰਭੂ ਜੀ ਆ ਤੇਰੀ ਪ੍ਰਾਰਥਨਾ ਦੇ ਵਿੱਚ ਹਿੱਸਾ ਲਿਆ ਪ੍ਰਭੂ, ਇਹਨਾਂ ਨੂੰ ਪ੍ਰਭੂ ਤੁਸੀਂ ਆਤਮਾ ਦੇ ਦੁਆਰਾ ਇੱਕ ਇੱਕ ਨੂੰ ਪ੍ਰਭੂ ਅਭਿਸ਼ੇਕ ਨਾਲ ਭਰ ਦਿਉ ਪ੍ਰਭੂ, ਇੱਕ ਇੱਕ ਨੂੰ ਆਪਣੇ ਸਾਮਰਥੀ ਲਘੂ ਦੇ ਦੁਆਰਾ ਪਵਿੱਤਰ ਕਰ ਦਿਉ ਪਿਤਾ ਪਰਮੇਸ਼ੁਰ ਜੀ, ਇੱਕ ਇੱਕ ਨੂੰ ਛੂ ਲਓ ਔਰ ਪ੍ਰਭੂ ਇਹਨਾਂ ਦੀ ਜ਼ਿੰਦਗੀ ਨੂੰ ਬਦਲ ਦਿਉ ਅੱਜ ਆਪਣੇ ਸਾਮਰਥੀ ਨਾਮ ਦੇ ਵਿੱਚ। ਮੈਂ ਹਰ ਇੱਕ ਬਿਮਾਰ ਨੂੰ ਛੂ ਲੈਣੀ ਪ੍ਰਭੂ, ਹਰ ਇੱਕ ਦੁਖੀ ਨੂੰ ਛੂ ਲੈਣੀ ਪ੍ਰਭੂ ਜੀ, ਹਰ ਇੱਕ ਬਿਮਾਰੀ ਨੂੰ ਪਰਮੇਸ਼ੁਰ ਮੈਂ ਤੇਰੇ ਨਾਮ ਵਿੱਚ ਜਾਣ ਦਾ ਹੁਕਮ ਕਰਦੀ ਹਾਂ। ਰਾਈਟ ਨਾਓ ਪਿਤਾ, ਥੋੜ੍ਹੀ ਅੱਗ ਨੇ ਤੁਹਾਡੇ ਲੋਕਾਂ ਨੂੰ ਛੂਇਆ ਔਰ ਤੁਸੀਂ ਆਪਣੇ ਲੋਕਾਂ ਨੂੰ ਬਲੈਸ ਕੀਤਾ, ਤੁਹਾਡਾ ਧੰਨਵਾਦ। ਮੈਂ ਇਸ ਪ੍ਰਾਰਥਨਾ ਨੂੰ ਮੰਗਦੀ ਹਾਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੀਨ।